ਰਾਸ਼ਟਰੀ ਯੋਗਤਾ ਕਾਮ ਪ੍ਰਵੇਸ਼ ਪ੍ਰੀਖਿਆ ਟੈਸਟ ਪੋਸਟ ਗ੍ਰੈਜੂਏਸ਼ਨ ਯਾਨੀ ਕਿ ਨੀਟ ਪੀਜੀ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਮੁਲਤਵੀ ਕਰ ਦਿੱਤਾ ਗਿਆ ਜੋ ਕਿ 23 ਜੂਨ 2024 ਨੂੰ ਹੋਣ ਵਾਲੀ ਸੀ ਦਰਸਲ ਨੀਟ ਪੀਜੀ ਦਾ ਟੈਸਟ ਪ੍ਰੀਖਿਆ ਤੋਂ 11-12 ਘੰਟੇ ਪਹਿਲਾਂ ਇਹ ਤੁਨ ਰੱਦ ਕਰ ਦਿੱਤਾ ਗਿਆ ਸੀ ਮੰਤਰਾਲੇ ਨੇ ਕਿਹਾ ਕਿ ਨਵੀਂ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ ਤੇ ਨੀਟ ਪੀਜੀ ਸਿਹਤ ਮੰਤਰਾਲੇ ਦੇ ਅਧੀਨ ਇੱਕ ਖੁਦ ਮੁਖਤਿਆਰ ਸੰਸਥਾ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਯਾਨੀ ਕਿ ਐਨਵੀਈ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਤੇ ਮੰਤਰਾਲੇ ਨੇ ਇਹ ਫੈਸਲਾ ਦੋਸ਼ਾਂ ਦੀਆਂ ਹਾਲੀਆ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਜਿਹੜੀਆਂ ਪੇਪਰ ਲੀਕ ਦੀਆਂ ਹੋਈਆਂ ਨੇ ਜਿੱਥੇ ਕੁਝ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਇਮਾਨਦਾਰੀ ਉੱਤੇ ਸਵਾਲ ਚੁੱਕਰੇ ਨੇ ਤੇ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਸਰਵੋਤਮ ਹਿੱਤਾਂ ਅਤੇ ਪ੍ਰੀਖਿਆ ਦੀ ਪ੍ਰਕਿਰਿਆ ਨੂੰ ਪਵਿੱਤਰਤਨ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਹਾਲਾਂਕਿ ਮੀਡੀਆ ਰਿਪੋਰਟਾਂ ਅਨੁਸਾਰ ਇਸ ਫੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਦੂਜੇ ਸ਼ਹਿਰਾਂ ਦੀ ਯਾਤਰਾ ਕਰਨੀ ਪਈ ਸੀ ਤੇ ਫਿਰ ਵੀ ਹੋਰ ਮੀਡੀਆ ਐਸੋਸੀਏਸ਼ਨਾਂ ਨੇ ਪ੍ਰੀਖਿਆ ਦੇ ਕਾਰਜਕਰਮ ਦੇ ਵਿੱਚ ਵਾਰ-ਵਾਰ ਤਬਦੀਲੀਆਂ ਤੇ ਉਸ ਦੇ ਉੱਤੇ ਸਵਾਲ ਚੁੱਕੇ ਨੇ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਅਗਲੇ ਹਫ਼ਤੇ ਤੱਕ NEET PG ਪ੍ਰੀਖਿਆ ਦੀ ਨਵੀਂ ਤਾਰੀਖ ਜਾਰੀ ਕਰ ਸਕਦਾ ਹੈ ਤੇ ਇਸ ਸਬੰਧੀ NBE ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਲਦੀ ਤੋਂ ਜਲਦੀ ਪ੍ਰੀਖਿਆ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਤੇ ਆਖਰੀ ਸਮੇਂ ਉੱਤੇ ਪ੍ਰੀਖਿਆ ਰੱਦ ਹੋਣ ਕਰਕੇ ਉਮੀਦਵਾਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਉਹ ਲਗਭਗ ਉਸ ਸੈਂਟਰ ਦੇ ਪਹੁੰਚ ਚੁੱਕੇ ਸਨ ਜਿੱਥੇ ਉਹਨਾਂ ਨੇ ਪ੍ਰੀਖਿਆ ਦੇਣੀ ਸੀ ਖਾਸ ਕਰਕੇ ਉਹ ਉਮੀਦਵਾਰ ਜਿਨ੍ਹਾਂ ਦਾ ਸੈਂਟਰ ਦੂਰ ਸੀ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਐਨਬੀਈਐਮਐਸ ਦੇ ਪ੍ਰਧਾਨ ਅਭਿਜਾਤ ਸੇਠ ਦਾ ਕਹਿਣਾ ਹੈ ਕਿ ਨੀਟ ਪੀਜੀ ਪ੍ਰੀਖਿਆ ਦੀ ਤਾਰੀਖ ਇਸ ਹਫਤੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਹਾਲਾਂਕਿ ਇਸ ਸਬੰਧ ਦੇ ਵਿੱਚ ਅਜੇ ਤੱਕ ਕੋਈ ਪੱਕਾ ਐਲਾਨ ਨਹੀਂ ਕੀਤਾ ਗਿਆ ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੀਖਿਆ ਕਰਾਉਣ ਦੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਜਲਦੀ ਤੋਂ ਜਲਦੀ ਸਮੀਖਿਆ ਵੀ ਕੀਤੀ ਜਾਵੇਗੀ। ਹੁਣ ਖਾਸ ਤੌਰ ਤੇ ਜਿਹੜੀ ਉਮੀਦਵਾਰਾਂ ਲਈ ਇਹ ਪ੍ਰੀਖਿਆ ਐਲਾਨ ਹੋਣੀ ਹੈ ਉਸ ਐਲਾਨ ਦਾ ਜਿਹੜਾ ਜਦੋਂ ਹੋਏਗਾ ਤਾਂ ਉਸ ਤੋਂ ਬਾਅਦ ਕਿੱਥੇ ਜਾ ਕੇ ਐਲਾਨ ਹੋਏਗਾ ਜਾਂ ਕਿਸ ਦਾਤੇ ਉਹਤੋਂ ਵੈਬਸਾਈਟ ਦੇਖੋਗੇ ਤਾਂ ਉਮੀਦਵਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਨੀਟ ਪੀਜੀ ਪ੍ਰੀਖਿਆ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਨਵੀਆਂ ਅਪਡੇਟ ਦੇ ਬਾਰੇ ਜਾਣਨ ਦੇ ਲਈ ਅਧਿਕਾਰਤ ਵੈਬਸਾਈਟ ਉੱਤੇ ਨਜ਼ਰ ਰੱਖਣ ਤੇ ਸਾਰੀ ਨਵੀਂ ਜਾਣਕਾਰੀ ਇੱਥੇ ਸਾਂਝੀ ਕੀਤੀ ਜਾਊਗੀ ਅਜਿਹਾ ਕਰਨ ਦੇ ਲਈ ਅਧਿਕਾਰਤ ਵੈਬਸਾਈਟ ਦਾ ਪਤਾ nbe.edu.in ਤੇ ਇਸ ਤੋਂ ਇਲਾਵਾ ਤੁਸੀਂ ਇੱਕ ਵੈਬਸਾਈਟ ਹੋਰ ਹੈ netboard.ao.in ਇਹ ਦੋਤੇ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ ਇਹ ਜਿਹੜੀਆਂ ਵੈਬਸਾਈਟ ਨੇ ਤੁਸੀਂ ਦੇਖ ਰਹੇ ਹੋ ਇਹਨਾਂ ਉੱਤੇ ਜਾ ਕੇ ਤੁਸੀਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਐ ਸੰਬੰਧੀ ਐਨਵੀਈ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਪ੍ਰੀਖਿਆ ਦੀ ਪਵਿੱਤਰਤਾ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਪਿਛਲੇ 7 ਸਾਲਾਂ ਤੋਂ ਇਹ ਪ੍ਰੀਖਿਆ ਸਫਲਤਾਪੂਰਵਕ ਕਰਵਾਈ ਜਾ ਰਹੀ ਹੈ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਤੇ ਇਹ ਫੈਸਲਾ ਵਿਦਿਆਰਥੀ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ ਪ੍ਰੀਖਿਆਵਾਂ ਦੀ ਸੁਰੱਖਿਆ ਬਰਕਰਾਰ ਰੱਖੀ ਜਾਵੇ ਇਸ ਕਰਕੇ ਜਲਦੀ ਤੋਂ ਜਲਦੀ ਪ੍ਰੀਖਿਆਵਾਂ ਦੇ ਐਸਓਪੀ ਅਤੇ ਪ੍ਰੋਟੋਕੋਲ ਦੀ ਸਮੀਖਿਆ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ਸੋਸ਼ਲ ਮੀਡੀਆ ਉੱਤੇ ਜਾਰੀ ਨੀਟ ਐਡਵਾਈਜ਼ਰੀ ਬਾਰੇ ਉਹਨਾਂ ਕਿਹਾ ਕਿ ਇਹ ਉਮੀਦਵਾਰਾਂ ਦੀ ਸੁਰੱਖਿਆ ਲਈ ਹੈ ਜਿਵੇਂ ਕਿ ਸੋਸ਼ਲ ਮੀਡੀਆ ਦਾ ਪ੍ਰਸਾਰ ਅੱਜ ਕੱਲ ਤੇਜ਼ੀ ਨਾਲ ਵਧਿਆ ਤੇ ਇਹ ਅਕਸਰ ਲੋਕਾਂ ਨੂੰ ਗਲਤ ਸੁਨੇਹੇ ਭੇਜਦਾ ਤੇ ਇਸ ਲਈ ਉਮੀਦਵਾਰਾਂ ਨੂੰ ਹਦਾਇਤਾਂ ਜਾਰੀ ਕਰਨੀਆਂ ਜ਼ਰੂਰੀ ਹਨ ਤਾਂ ਕਿ ਉਹ ਇਸ ਸੰਬੰਧੀ ਸੁਚੇਤ ਰਹਿਣ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤੇ ਹੁਣ ਦੂਜੇ ਪਾਸੇ ਜਿਹੜੀ ਸੰਸਥਾਵਾਂ ਨੇ ਜਾਂ ਜਿਵੇਂ NBE ਹੈ ਜਾਂ NBS ਉਹਨਾਂ ਨੇ ਥੋੜੀ ਜਿਹੀ ਅੱਜ ਦੇ ਗੱਲ ਦੇ ਉੱਤੇ ਅਫਸੋਸ ਕੀਤਾ ਜਿਹੜੀ ਪ੍ਰੀਖਿਆ ਰੱਦ ਕੀਤੀ ਹੈ ਤੇ NBE MS ਮੁਖੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਆਖਰੀ ਸਮੇਂ ਪ੍ਰੀਖਿਆ ਮੁਲਤਵੀ ਕੀਤੇ ਜਾਣ ਦੇ ਉੱਤੇ ਅਫਸੋਸ ਹੈ ਪਰ ਉਹ ਵਿਦਿਆਰਥੀਆਂ ਨੂੰ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਪ੍ਰੀਖਿਆ ਪੂਰੀ ਤਰ੍ਹਾਂ ਸੁਰੱਖਿਆ ਨਾਲ ਕਰਵਾਈ ਜਾਏਗੀ। ਅਤੇ ਇਸ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਤੇ ਇਸ ਪ੍ਰੀਖਿਆ ਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ ਤੇ ਉਹ ਇਸ ਦੇ ਉੱਤੇ ਸਰਕਾਰ ਨਾਲ ਕੰਮ ਕਰ ਰਹੇ ਨੇ ਤੇ ਨਾਲ ਨਾਲ ਹੁਣ ਇਹ ਵੀ ਹੈ ਕਿ ਦੂਜੇ ਪਾਸੇ ਭਾਰਤ ਦੇ ਵਿੱਚ ਪੇਪਰ ਲੀਕ ਨੂੰ ਲੈ ਕੇ ਕਾਨੂੰਨ ਵੀ ਲਾਗੂ ਹੋ ਗਿਆ ਕਈ ਤਰ੍ਹਾਂ ਦੇ ਪੇਪਰ ਪਹਿਲਾਂ ਲੀਕ ਹੋ ਚੁੱਕੇ ਨੇ ਖਾਸ ਤੌਰ ਦੇ ਉਤੇ ਨੀਟ ਯੂਜੀ ਦਾ ਜਿਹੜਾ ਪੇਪਰ ਲੀਕ ਹੋਇਆ ਉਸ ਨੇ ਦੇਸ਼ ਦੇ ਵਿਦਿਆਰਥੀਆਂ ਦੇ ਦਿਲਾਂ ਤੋਂ ਤੇ ਕਾਫੀ ਸੱਟ ਮਾਰੀ ਹੈ ਤੇ ਸਰਕਾਰ ਤੇ ਵਿਦਿਆਰਥੀਆਂ ਦੇ ਵਿੱਚ ਰੋਸਾ ਵੀ ਲਗਾਤਾਰ ਵਧਿਆ ਤੇ ਉਹ ਤੁਹਾਨੂੰ ਦੇਖਦੇ ਹੋਏ ਇਹ ਪ੍ਰੀਖਿਆ ਦਾਦ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਇਸ ਪ੍ਰੀਖਿਆ ਦੀ ਜਿਹੜੀ ਨਵੀਂ ਤਰੀਕਾ ਉਹ ਐਸੇ ਹਫਤੇ ਦੇ ਵਿੱਚ ਜਾਰੀ ਹੋਣ ਦੀ ਉਮੀਦ ਹੈ